तिखी तलवार ने सानू जन्म दिता ते गुड़ती मिली है खंडे दी धार विच। तिखी तलवार ने सानू जन्म दिता ते गुड़ती मिली है खंडे दी धार विच। साधक सिदक सिर दस्तार सूही ते साडा बखरा रूप संसार विच। बंद बंद कटवाए पर सी ना कीती ते लखा होनिया भी साथों हारियां ने। सानू एवें नहीं लोग सरदार कहिंदे, सिर दे के लईआं सरदारियां ने। गुरु प्यारी साध संगत गुरु वालों नवाजी फतेह दा जवाब फतेह नाल। श्री वाहिगुरु जी का खालसा, श्री वाहिगुरु जी की फतेह। सब कलाकार भैणां ने मेरी ड्यूटी लगाई है कि मैं उन्हां वालों अपने विचार रखा और सारे कलाकार इस मंच दे उत्ते सिर्फ इस मोर्चे नूं मत्था टेकन वास्ते उसनूं नतमस्तक होण वास्ते आए ने। साडा फर्ज बनदा कोई फनकार बन के अज इस स्टेज ते आया नहीं। मेरा बाप किसान है, मेरा दादा किसान है और मेरे नाल नाल जिन्ने भी तुसी कलाकार देख रहे हो सब किसानी जिम्मेदारी परिवार दे नाल संबंधित ने। और तुहाडे विचों कल्ला कल्ला बंदा जिहड़ा पंजाब नाल ताल्लुक रखता है वह जमीन दे नाल ताल्लुक रखता है। अज असीं इस करके नहीं आए कि सानू फलाना बंदा लैके आया तो चार बंदे गड्डी च बह के आए ने। असीं इस करके आए हां क्योंकि साडियां रगां दे विच ओह खून है जो कहिंदा सिंह सिर कटवाउणा नहीं मुड़दे ते मुड़ जांदे नहीं तलवारां दे। ए दुनिया कलमे पड़दी है ते ना सिर लथिया सरदारां दे। साडा ओह गुरु सीगा जिहड़ा शीश दे के वी धरते नाल महाराज दे चरणां दे विच नतमस्तक होण दे लई गया सीगा। और इस मोर्चे ने ਇਹ ਸਿੱਧ ਕਰ ਦਿੱਤਾ ਹੈ ਕਿ ਅਸੀਂ ਕਿੰਨਾ ਕਾਮਾਂ ਦੇ ਵਾਰਿਸ ਆ। ਜੇ ਅੱਜ ਖੂਨ ਰੋਣਾ ਮਾਰਿਆ ਤੇ ਕਦੋਂ ਮਾਰੇਗਾ। ਔਰ ਮੈਨੂੰ ਲੱਗਦਾ ਕਿ ਇਹ ਮੋਰਚਾ ਮਹਾਰਾਜ ਨੇ ਬਖਸ਼ਿਆ ਕਿਉਂਕਿ ਜਿਵੇਂ ਕਨਵਰ ਜੀ ਨੇ ਗੱਲ ਕੀਤੀ ਕਿ ਸਾਡੀ ਕੌਮ ਨੂੰ ਆਪਣਾ ਵਿਰਸਾ ਭੁੱਲ ਗਿਆ ਸੀ ਕਿ ਸਾਡੇ ਅਸੀਂ ਉਹਨਾਂ ਲੋਕਾਂ ਦੇ ਅਸੀਂ ਤੇਗ ਦੀ ਧਾਰ ਤੇ ਤੁਰਨ ਵਾਲੇ ਤੇ ਮਤਾ ਪਰਵਾਹ ਕੀ ਸਾਨੂੰ ਕੰਡਿਆ ਦੀ ਕਿਤੇ ਹੌਸਲਾ ਨਾ ਸਾਡਾ ਜੱਗ ਪਰਖੇ ਤੇ ਗੁਰਤੀ ਮਿਲੀਏ ਖਿਰਫਦੇ ਕੰਡਿਆ ਦੀ। ਸੰਦੇ ਅਸੀਂ ਉਹਨਾਂ ਕਾਮਾਂ ਦੇ ਵਾਰਸ ਆ ਤੇ ਧਾਕ ਜਿਨ੍ਹਾਂ ਦੀ ਕਾਬਲ ਤੱਕ ਚੁਲਾਏ ਝੰਡਿਆਂ ਦੀ ਇਹ ਉਹਨਾਂ ਕੌਮਾਂ ਦੇ ਵਾਰਸ ਨੇ। ਇਸ ਕਰਕੇ ਇਸ ਜਗ੍ਹਾ ਤੇ ਅੱਜ ਮੈਨੂੰ ਲੱਗਦਾ ਕਿ ਪਿਛਲੇ ਕਿੰਨੇ ਸਾਲਾਂ ਚ ਪਹਿਲੀ ਵਾਰੀ ਪੰਜਾਬੀਆਂ ਨੂੰ ਇਹ ਮੌਕਾ ਮਿਲਿਆ। ਔਰ ਇਤਿਹਾਸ ਗਵਾਹ ਹੈ, ਤੁਸੀਂ ਇਤਿਹਾਸ ਦੇ ਪੰਨੇ ਫੋੜ ਕੇ ਵੇਖ ਲਓ ਜਦੋਂ ਜਦੋਂ ਹਿੰਦੁਸਤਾਨ ਦੇ ਵਿੱਚ ਸੰਘਰਸ਼ ਸ਼ੁਰੂ ਹੋਇਆ ਹੈ ਜਦੋਂ ਜਦੋਂ ਕਿਤੇ ਵੀ ਦੁਨੀਆ ਦੇ ਵਿੱਚ ਬੀਜ ਪਣਪਿਆ ਤੇ ਉਸ ਦਾ ਬੀਜ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਪਣਕਿਆ। ਔਰ ਕਿਸਾਨੀ ਮੋਰਚੇ ਦਾ ਜਿਹੜਾ ਪੂਰੇ ਹਿੰਦੁਸਤਾਨ ਨੂੰ ਨੁਕਸਾਨ ਸੀ ਵਧਾਈ ਦੇ ਪਾਤਰ ਨੇ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਕਿਸਾਨਾਂ ਨੇ ਇਸ ਬੀਜ ਨੂੰ ਹਿੰਦੁਸਤਾਨ ਦੇ ਵਿੱਚੋਂ ਪੰਜਾਬ ਚੋਂ ਸ਼ੁਰੂ ਕੀਤਾ ਤੇ ਉਹ ਅੱਜ ਬਲ ਰਿਹਾ ਹੈ। ਔਰ ਅਗਰ ਇਹ ਫੈਸਲਾ ਛੇਤੀ ਨਾ ਹੋਇਆ ਤੇ ਇਹਦੀਆਂ ਲਾਤਾਂ ਹਿੰਦੁਸਤਾਨ ਦੀ ਪੂਰੀ ਦੁਨੀਆ ਵੇਖੇਗੀ। ਇੱਕ ਵਾਰ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਕੌਮ ਕਿੰਨਾ ਯੋਧਿਆਂ ਦੀ ਕਿੰਨਾ ਸੂਰਬੀਰਾਂ ਦੀ ਹੈ। ਇਹ ਉਹ ਕੌਮ ਹੈ, ਅਗਰ ਮੋਦੀ ਸਾਹਿਬ ਤੁਸੀਂ ਰਾਜ ਕਰਨਾ ਹੈ ਨਾ ਤੁਹਾਨੂੰ ਸ਼ੌਕ ਹੈ ਰਾਜ ਕਰਨ ਦਾ। ਤੁਸੀਂ ਕਹਿੰਦੇ ਹੋ 25 ਸਾਲ 50 ਸਾਲ 100 ਸਾਲ ਮੇਰੇ ਵਰਗਾ ਕੋਈ ਨਹੀਂ ਤਾਂ ਰਾਜ ਕਰਨਾ ਹੈ ਤਾਂ ਫਿਰ ਸਰਦਾਰਾਂ ਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੀਆਂ ਕਿਤਾਬਾਂ ਪੜ੍ਹ ਕੇ ਪੜ੍ਹ ਕਰਦੇ ਤੁਹਾਨੂੰ ਪਤਾ ਲੱਗਦਾ ਕਿ 19 ਸਾਲ ਦੀ ਉਮਰ ਦੇ ਵਿੱਚ ਉਸਨੇ ਅਬਦਾਲੀ ਦੇ ਪੋਤਰੇ ਨੂੰ ਵੰਗਾਰਿਆ ਸੀ। ਕਿਉਂ ਅਬਦਾਲੀ ਦੇ ਪੋਤਰਿਆ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਜੋ ਵੰਗਾਰਦਾ ਔਰ 1799 ਦੇ ਵਿੱਚ ਲਾਹੌਰ ਫਤਿਹ ਕੀਤਾ ਸੀ, 1800 ਚ ਜੰਮੂ, 1802 ਦੇ ਵਿੱਚ ਅੰਮ੍ਰਿਤਸਰ ਔਰ ਉਸ ਤੋਂ ਬਾਅਦ ਕਰਦਾ ਕਰਦਾ 1823 ਦੇ ਵਿੱਚ ਐਡਾ ਵੱਡਾ ਰਾਜ ਸਿੱਖ ਰਾਜ ਨੇ ਕਰ ਦਿੱਤਾ ਸੀ ਜਿਹੜਾ ਬੰਦੇ ਦੀ ਸੋਚ ਤੋਂ ਉੱਪਰ ਇਹ ਰਾਜ ਸੀਗਾ। ਔਰ ਉਸਦਾ ਦੂਸਰਾ ਪੱਖ ਦੱਸਦੀ ਹਾਂ ਔਰ ਉਸ ਰਾਜ ਦਾ ਦੂਜਾ ਪੱਖ ਦੱਸਦੀ ਹਾਂ ਕਿ ਜਦੋਂ ਅਕਾਲ ਪਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤੇ ਪਤਾ ਕੀ ਕੀਤਾ ਸੀ ਉਹਨੇ ਉਹਨੇ ਧਾਦੇ ਵਾਂਗੂ ਗਦਾਮਾਂ ਤੇ ਜਿੰਦਰੇ ਨਹੀਂ ਮਾਰ ਦਿੱਤੇ, ਉਹਨਾਂ ਨੇ ਕਿਸਾਨਾਂ ਦੇ ਗਲੇ ਨੂੰ ਨਹੀਂ ਸੀ ਪੈ ਗਿਆ, ਉਹਨੇ ਆਪਣੇ ਅਨਾਜ ਦੇ ਭੰਡਾਰ ਖੋਲ ਦਿੱਤੇ ਸੀ। ਇੱਕ ਬਜ਼ੁਰਗ ਮਾਤਾ ਸੀ, ਉਹ ਆਪਣਾ ਲੋਹੇ ਦਾ ਤਵਾ ਲੈ ਕੇ ਆਈ, ਬਹੁਤ ਸਾਰਿਆਂ ਨੇ ਕਹਾਣੀ ਪੜ੍ਹੀ ਹੋਈ ਤੇ ਉਹਦੇ ਪੈਰ ਦੇ ਨਾਲ ਰਗੜਨ ਲੱਗ ਪਈ। ਉਹ ਕਹਿੰਦਾ ਇਹ ਕੀ ਕਰ ਰਹੇ, ਉਹਦੇ ਜਿਹੜੇ ਬਾਡੀਗਾਰਡ ਸੀ ਉਹਨਾਂ ਨੇ ਪਰੇ ਕੀਤੇ। ਕਹਿੰਦੀ ਮੈਂ ਸੁਣਿਆ ਕਿ ਸਾਡਾ ਰਾਜਾ ਪਾਰਸ ਹੈ, ਇਸ ਦੇ ਨਾਲ ਘਿਸ ਕੇ ਹਰ ਚੀਜ਼ ਸੋਨਾ ਹੋ ਜਾਂਦੀ ਹੈ। ਔਰ ਮਹਾਰਾਜਾ ਸਾਹਿਬ ਨੇ ਕਿਹਾ ਸੀਗਾ ਕਿ ਇਸ ਬੀਬੀ ਦਾ ਤਵਾ ਜਿਹੜਾ ਹੈ ਲੋਹੇ ਤੋਂ ਸੋਨਾ ਕਰ ਦਿਓ। ਇਹ ਸੀਗਾ
ਸਿੱਖਾਂ ਦਾ ਰਾਜ ਸੀ ਖਾਲਸਾ ਰਾਜ। ਤੁਸੀਂ ਰਾਜ ਦੀਆਂ ਗੱਲਾਂ ਸਾਨੂੰ ਸਿਖਾਓਗੇ? ਤੁਸੀਂ ਕਹਿੰਦੇ ਹੋ ਕਿ ਸਾਡਾ ਕਿਸਾਨ ਸਿਰਫ ਜ਼ਮੀਨ ਦੇ ਨਾਲ ਮਿੱਟੀ ਨਾਲ ਮਿੱਟੀ ਹੋਣਾ ਜਾਣਦਾ ਹੈ ਤੇ ਅੱਜ ਗੋਲ ਮੇਜ ਕਾਨਫਰੰਸਾਂ ਕਰਕੇ ਵਿਖਾਈਆਂ ਨਾ ਕਿਸਾਨਾਂ ਨੇ ਤੁਹਾਨੂੰ ਤੁਹਾਨੂੰ ਦੱਸਿਆ ਨਾ ਕਿ ਕਾਨੂੰਨ ਸਿਰਫ ਪੜਨ ਨਾਲ ਨਹੀਂ ਆਉਂਦਾ, ਅਕਲਾਂ ਤੇ ਬਿਦਾਮ ਖਾਨ ਨਾਲ ਆ ਜਾਂਦੀਆਂ ਨੇ। ਕਾਨੂੰਨ ਪੜਨ ਨਾਲ ਨਹੀਂ ਆਉਂਦਾ, ਪੁਰਾਣੇ ਬਜ਼ੁਰਗ ਨੇ ਜਿਹੜੇ ਸਿਰਫ ਵਕੀਲਾਂ ਨੂੰ ਪੜ ਕੇ ਦੱਸ ਦਿੰਦੇ ਨੇ ਕਿ ਇੱਥੇ ਆ ਲੁਕਦਾ ਆ ਕਰੇਗਾ ਤੇ ਤੂੰ ਕੇਸ ਜਿੱਤ ਜਾਏਗਾ, ਇਹ ਉਹ ਬਜ਼ੁਰਗ ਨੇ। ਔਰ ਬਜ਼ੁਰਗਾਂ ਨੇ ਜਿਹੜਾ ਸਾਡਿਆਂ ਨੇ ਆਪਣੀ ਆਉਣ ਵਾਲੀ ਪੀੜ੍ਹੀ ਦੇ ਲਈ ਇੱਕ ਮਿਸਾਲ ਇਸ ਕਿਸਾਨੀ ਦੇ ਵਿੱਚ ਪੈਦਾ ਕੀਤੀ ਹੈ। ਮੈਂ ਕਹਿੰਦੀ ਹਾਂ ਇਹਨਾਂ ਨੇ ਆਉਣ ਵਾਲੀਆਂ ਨਸਲਾਂ ਨੂੰ ਇਹ ਦੱਸ ਦਿੱਤਾ ਹੈ ਕਿ ਸਾਡਾ ਇਤਿਹਾਸ ਕੀ ਹੈ ਔਰ ਅਸੀਂ ਕਿੰਨਾ ਯੋਧਿਆਂ ਦੀ ਔਲਾਦ ਆ। ਔਰ ਇਹ ਮਹੀਨਾ ਸਾਡੇ ਤੇ ਮਾਰਾ ਦਾ ਮੈਨੂੰ ਲੱਗਦਾ ਇੱਕ ਵਾਰੀ ਇਸ ਕਰਕੇ ਸਾਡੇ ਤੇ ਇਹ ਸੰਕਟ ਪਾਇਆ ਹੈ ਤਾਂ ਕਿ ਸਾਡੀ ਕੌਮ ਦੀਆਂ ਸੁੱਤੀਆਂ ਜ਼ਮੀਰਾਂ ਜਾਗਣ, ਅੜਕ ਜਾਗੇ, ਜਾਗੇ ਕਿ ਅਸੀਂ ਪੱਗਾਂ ਬੰਨਣੀਆਂ ਪੋਚਣੀਆਂ ਨਹੀਂ ਜਾਗਦੇ, ਇਹਨਾਂ ਪੱਗਾਂ ਦੇ ਪਿੱਛੇ ਕਿਹੜੀਆਂ ਕੁਰਬਾਨੀਆਂ ਨੇ। ਕਹਿੰਦੇ ਆਪਣੇ ਦਨ ਪੇ ਹੋਤੇ ਹੈ ਚੰਦ ਲੋ ਜੋ ਇਤਿਹਾਸ ਬਣਾਤੇ ਹੈ, ਜਾਕੇ ਪੂਛ ਲੇ ਸਰਹੰਦ ਸੇ ਟੂਟ ਗਿਆ ਜੋ ਮਸੂਮੋ ਕੇ ਹੌਸਲੇ ਤੋੜਤੇ ਤੋੜਤੇ, ਪੂਛ ਲੇ ਦੀਵਾਰ ਸਰਹੰਦ ਸੇ ਜੋ ਟੂਟ ਗਿਆ ਮਾਸੂਮ ਬੱਚੋ ਕੇ ਹੌਸਲੇ ਤੋੜਤੇ ਤੋੜਤੇ, ਮਹਿਜ਼ ਵਕਤ ਹੀ ਕਿਤਨਾ ਲਗਾ ਉਸਕੀ ਹਕੂਮਤ ਗਿਰਾਨੇ ਮੇਂ, ਤੇ ਇਥੇ ਤੇ ਉਹਨਾਂ ਨੇ ਮੁਗਲਾਂ ਨੂੰ ਵੀ ਛੱਡਿਆ ਤੇ ਤੁਹਾਡੇ ਤੇ ਗੱਲ ਹੀ ਕੋਈ ਨਹੀਂ। ਤੁਹਾਨੂੰ ਪਹਿਲਾਂ ਅਸੀਂ ਕਰਕੇ ਵਿਖਾਇਆ ਹੋਇਆ ਕਿ ਅਸੀਂ ਆਪਣੀ ਆਈ ਤੇ ਆਈਏ ਤੇ ਕਿਹੋ ਜਿਹਾ ਆ ਜੀ। ਸੋ ਮੈਂ ਕਹਿੰਦੀ ਹਾਂ ਕਿ ਸਾਰਿਆਂ ਨੂੰ ਸਾਡਾ ਆਉਣਾ ਪ੍ਰਵਾਨ ਕਰਿਓ। ਮੇਰੇ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਫਨਕਾਰ ਸਿਰਫ ਇੱਥੇ ਆ ਕੇ ਪੋਸਟਾਂ ਨਾ ਪਾਣ, ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਵਾਂ, ਹਰ ਫਨਕਾਰ ਪਿਛਲੇ ਦੋ ਮਹੀਨੇ ਤੋਂ ਆਪਣੀ ਸੋਸ਼ਲ ਮੀਡੀਆ ਤੇ ਲੱਗਾ ਹੋਇਆ, ਕੋਈ ਗਾਣਾ ਕੱਢ ਰਿਹਾ, ਕੋਈ ਬੋਲ ਕੇ ਪਾ ਰਿਹਾ ਹੈ। ਕੱਲ ਮੋਹਾਲੀ ਧਰਨਾ ਸੀ, ਮੈਂ ਜਾ ਕੇ ਆਈ ਹਾਂ, ਗੁਰਲੇਖ ਜੀ ਜਲੰਧਰ ਸੀ ਉੱਥੇ ਜਾ ਕੇ ਆਏ, ਮਿਸ ਪੂਜਾ ਜਿੱਥੇ ਲੋਕਲ ਸੀ ਉੱਥੇ ਜਾ ਕੇ ਆਈ ਹੈ। ਇੱਥੇ ਆਉਣ ਦਾ ਮਕਸਦ ਇਹ ਹੈ ਕਿ ਤੁਹਾਡੀ ਕੀਤੀ ਹੋਈ ਗੱਲ ਸਾਰੀ ਦੁਨੀਆਂ ਨੂੰ ਪਤਾ ਲੱਗਦੀ ਹੈ, ਲੋਕ ਸੁਣਦੇ ਨੇ। ਪਰ ਮੈਂ ਕਹਿੰਦੀ ਹਾਂ ਕਿ ਕਲਾਕਾਰਾਂ ਦਾ ਇੱਥੇ ਆਉਣਾ ਜਿਹੜਾ ਹੈ ਉਹ ਪ੍ਰਵਾਨ ਕਰਨਾ ਚਾਹੀਦਾ, ਕਿਉਂਕਿ ਜੋਸ਼ ਸਾਡੇ ਅੰਦਰ, ਸਾਡੇ ਬਾਪ ਦਾ ਕੰਮ ਹੈ, ਸਾਡੇ ਬਜ਼ੁਰਗ ਬੈਠੇ ਨੇ, ਸਾਡਾ ਦਿਲ ਕੰਬਦਾ ਹੈ। ਜੇ ਅੱਜ ਵੀ ਨਾ ਕੰਬਿਆ ਤਾਂ ਕਦੋਂ ਕੰਬੇਗਾ? ਕਿਉਂਕਿ ਬਜ਼ੁਰਗਾਂ ਨੇ ਸਾਨੂੰ ਇਹ ਲੀਹ ਪਾ ਕੇ ਦਿੱਤੀ ਹੈ ਕਿ ਅਸੀਂ ਆਈਏ ਤੇ ਸੰਘਰਸ਼ ਨੂੰ ਅਸੀਂ ਸ਼ੁਰੂ ਕੀਤਾ, ਪਰ ਨਬੇੜੇ ਪੰਜਾਬ ਦੀ ਜਵਾਨੀ ਨੇ ਚਾੜਨਾ ਹੈ। ਇਹ ਜਿਹੜੇ ਪੂਰੇ ਕੋਨੇ ਕੋਨੇ ਦੇ ਉੱਪਰ ਸੱਜੇ ਹੋਏ ਨੇ, ਇਹ ਬਾਗ ਦੌੜ ਤੁਹਾਡੀ ਹੈ। ਹਰ ਬੰਦੇ ਨੇ, ਹਰ ਫਨਕਾਰ ਨੇ ਮਾਇਆ ਦੇ ਰੂਪ ਚ, ਕੰਮ ਦੇ ਰੂਪ ਚ ਜਾਂ ਗਾਣਿਆਂ ਦੇ ਰੂਪ ਚ ਆਪਣਾ ਦਸਵੰਧ ਜਿਹੜਾ ਹੈ ਇਸ ਮੌਕੇ ਦੇ ਉੱਤੇ ਪਾਇਆ, ਕਿਉਂਕਿ ਸਾਡੇ ਮਹਾਰਾਜ ਨੇ ਦੱਸਿਆ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੀ ਹਾਂ, ਇਸ ਸਮਾਂ ਬੀਬੀਆਂ ਦੀ, ਇਸ ਸਮਾਂ ਜਦੋਂ ਆਪਣੇ ਬੱਚਿਆਂ ਨੂੰ ਅਸੀਂ ਇਤਿਹਾਸ ਦੱਸਣਾ ਹੈ, ਅਸੀਂ ਆਪਣੇ ਬੱਚਿਆਂ ਦੀਆਂ ਰਗਾਂ ਦੇ ਵਿੱਚ ਸਾਡੀਆਂ ਦਾਦੀਆਂ ਸਾਨੂੰ ਕਹਾਣੀਆਂ, ਬਾਬਾ ਬੰਦਾ ਸਿੰਘ ਬਹਾਦਰ ਦੀਆਂ, ਹਰੀ ਸਿੰਘ ਨਲੂਏ ਦੀਆਂ, ਇਕੱਲਾ ਬੰਦਾ ਜਿਹਨੇ ਅਫਗਾਨ ਫਤਿਹ ਕੀਤਾ, ਨਾ ਕੋਈ ਪਹਿਲਾਂ ਜੰਮਿਆ ਨਾ ਉਸ ਤੋਂ ਬਾਅਦ ਜੰਮੂਗਾ, ਸਾਡੀ ਕੌਮ ਦਾ ਵਾਰਸ ਸੀ। ਐਸੀ ਕੌਮ ਐਸੀਆਂ ਮਾਵਾਂ ਨੂੰ ਜੰਮੇ, ਇਹੋ ਬੱਚੇ ਜੰਮਨੇ ਨੇ। ਜਨਨੀ ਜਨੇ ਤਾਂ ਭਗਤ ਜਨ, ਜਾਦਾ ਰਾਜਾ ਸੂਰ, ਨਹੀਂ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ ਮੂਰ। ਸੋ ਉਹ ਮਾਵਾਂ ਨੇ, ਇਹ ਮਾਈ ਭਾਗੋ ਦੀਆਂ ਵਾਰਸਾਂ ਨੇ। ਸੋ ਅੱਜ ਤੁਸੀਂ ਸਾਰੀਆਂ ਬੜੀ ਵੱਡੀ ਸੰਗਤ ਚ ਆਈਆਂ ਹੋ, ਔਰ ਉਸੇ ਰੂਪ ਚ ਸਾਡੀਆਂ ਸਾਰੀਆਂ ਕੁੜੀਆਂ, ਸਾਡੇ ਸਾਰੇ ਫਨਕਾਰ ਭੈਣ ਭਰਾ ਜਿਹੜੇ ਆਏ ਨੇ, ਕਿਉਂਕਿ ਸਾਨੂੰ ਦਿਲੋਂ ਦਰਦ ਹੈ। ਤੇ ਮੇਰੀ ਇਹੀ ਹੈ ਕਿ ਇੱਕ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਜਿੰਨਾ ਵੀ ਸਾਡਾ ਸਿੱਖ ਇਤਿਹਾਸ ਹੈ, ਸਾਰੇ ਕਲਾਕਾਰਾਂ ਦੇ ਨਾਲ ਅਸੀਂ ਇੱਕ ਸਿੱਖ ਇਤਿਹਾਸ ਦੀਆਂ ਕਹਾਣੀਆਂ ਇੱਕ ਰੂਪ ਦੇ ਵਿੱਚ ਯੂਟਿਊਬ ਦੇ ਉੱਤੇ ਪਾਵਾਂਗੇ। ਸੋ ਮੈਂ ਚਾਹਾਂਗੀ ਕਿ ਤੁਸੀਂ ਵੀ ਜਿੱਥੇ ਜਿੱਥੇ ਬੈਠੇ ਹੋ ਸੰਘਰਸ਼ ਚੋਂ ਪੰਜਾਬ ਦਾ ਇਤਿਹਾਸ, ਸਿੱਖ ਇਤਿਹਾਸ ਨਿਕਲ ਕੇ ਆਵੇ, ਤਾਂ ਕਿ ਜੋ ਤੁਹਾਨੂੰ ਤੁਹਾਡੇ ਬਜ਼ੁਰਗ ਦੇ ਕੇ ਚੱਲੇ ਨੇ, ਆਉਣ ਵਾਲੀਆਂ ਪੀੜ੍ਹੀਆਂ ਨੂੰ, ਆਉਣ ਵਾਲੀਆਂ ਨਸਲਾਂ ਨੂੰ ਦੱਸ ਕੇ ਜਾਇਓ ਕਿ ਅਸੀਂ ਕਿੰਨਾ ਦੇ ਵਾਰਸ ਆ। ਸਭਾ ਬੁਲਾ ਕੇ ਕਲਗੀਧਰ ਨੇ ਇਹ ਗੱਲ ਆਖੀ, ਲੋਹੇ ਦਾ ਦਿਲ ਕਰ ਲੋ ਸਿੰਘੋ, ਤੇਗ ਮੇਰੀ ਹੈ ਲੋਹੀ ਲਾਖੀ, ਅੱਜ ਜੰਜੂਆਂ ਦੀ ਇੱਜ਼ਤ ਬਚਾਉਣੀ, ਅੱਜ ਜਲਕਾਂ ਦੀ ਕਰਨੀ ਰਾਖੀ, ਅੱਜ ਮੈਂ ਅੰਮ੍ਰਿਤ ਦੇ ਜਾਮ ਪਿਆਓ, ਅੱਜ ਗਿੱਦੜਾਂ ਤੋਂ ਸ਼ੇਰ ਬਣਾਓ, ਸਵਾ ਲੱਖ ਸੇਕ ਲੜਾਓ, ਤਬੇ ਗੋਬਿੰਦ ਸਿੰਘ ਨਾਮ ਕਹਾਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।